ਅੱਜ ਚੰਡੀਗੜ੍ਹ ਕਾਰਪੋਰੇਸ਼ਨ ਹਾਊਸ ਦੀ ਮੀਟਿੰਗ ਸੀ। ਮੀਟਿੰਗ ਵਿੱਚ ਕਾਫੀ ਗਰਮਾ ਗਰਮੀ ਰਹੀ, ਕੌਂਸਲਰ ਅਤੇ ਅਫਸਰ ਜਿਹੜੇ ਆ ਆਪਸ ਵਿੱਚ ਉਲਝ ਗਏ, ਜਿਸ ਕਰਕੇ ਜਿਹੜੀ ਇਹ ਮੀਟਿੰਗ ਆ ਹਾਊਸ ਦੀ ਮੀਟਿੰਗ ਆ ਅਫਸਰਾਂ ਨੇ ਉਸਦਾ ਬਾਇਕਾਟ ਕਰਤਾ। ਮੇਅਰ ਸਾਹਿਬ ਰਜੇਸ਼ ਕਾਲੀਆ ਜੀ ਸਾਡੇ ਨਾਲ ਹੈ, ਉਹਨਾਂ ਤੋਂ ਨਾਲ ਗੱਲਬਾਤ ਕਰਦੇ ਹਾਂ ਵੀ ਕੀ ਮਸਲਾ ਸੀਗਾ, ਕਿਉਂ ਬਾਇਕਾਟ ਕੀਤਾ ਗਿਆ, ਹੁਣ ਅੱਗੇ ਕੀ ਗੱਲ ਬਣੀ। ਉਹ ਦੇਖੀਏ, ਥੋੜ੍ਹੇ ਅਫਸਰੋਂ ਕੇ ਬੀਚ ਮੇਂ ਔਰ ਕਾਉਂਸਲਰੋਂ ਕੇ ਬੀਚ ਮੇਂ ਗਲਤ ਫਹਿਮੀ ਹੋ ਗਈ ਥੀ, ਜਿਸਕੋ ਬੈਠ ਕੇ ਸ਼ਾਰਟ ਆਊਟ ਕਰ ਲਿਆ, ਨਾ ਹੀ ਤੋ ਕਾਉਂਸਲਰ ਉਸ ਬਾਤ ਸੇ ਖਫਾ ਔਰ ਨਾ ਹੀ ਆਫਿਸਰ ਖਫਾ ਹੈ, ਕਿਉਂਕਿ ਪਰਿਵਾਰ ਕਾ ਮੁਖੀਆ ਹੋਣੇ ਕੇ ਨਾਤੇ ਕਈ ਵਾਰ ਪਰਿਵਾਰੋਂ ਕੇ ਅੰਦਰ ਛੋਟੀ ਛੋਟੀ ਇਹ ਘਟਨਾਏ ਚੱਲ ਜਾਤੀ ਹੈ, ਗੁੱਸਾ ਆ ਹੀ ਜਾਤਾ ਹੈ। ਲੇਕਿਨ ਮੇਰਾ ਇਹ ਮਾਨਨਾ ਹੈ ਕਿ ਬਰਤਨ ਤੋ ਖੜਕਣੇ ਚਾਹੀਏ, ਲੇਕਿਨ ਉਨਕੇ ਅੰਦਰ ਚਿਬ ਨਹੀਂ ਪੜਨੇ ਚਾਹੀਏ। ਚਿਬ ਅਭੀ ਐਸੀ ਨੌਬਤ ਨਹੀਂ ਆਈ ਅਫਸਰੋਂ ਔਰ ਹਮਾਰੇ ਕਾਉਂਸਲਰੋਂ ਕੇ ਬੀਚ ਮੇਂ ਕਿ ਚਿਬ ਪੜਨੇ ਵਾਲੀ ਹੈ, ਸਭ ਕੁਛ ਠੀਕ ਹੈ ਔਰ ਹਾਊਸ ਕੀ ਮੀਟਿੰਗ ਦੁਬਾਰਾ ਹਮ ਕਰਨੇ ਜਾ ਰਹੇ। ਤੋ ਜੋ ਕੌਂਸਲਰ ਨੇ ਜੋ ਡਿਮਾਂਡ ਰੱਖੀ ਥੀ ਵੀ ਚੰਡੀਗੜ੍ਹ ਮੇਂ ਵਿਕਾਸ ਨਹੀਂ ਹੋ ਰਹਾ, ਉਨਕੇ ਵਾਰਡ ਮੇਂ ਵਿਕਾਸ ਨਹੀਂ ਹੋ ਰਹਾ, ਜਿਸ ਕਰਕੇ ਜੋ ਲੋਕ ਹੈ ਬਾਰ ਬਾਰ ਉਨਕੋ ਪੁੱਛਤੇ ਹੈ, ਆਪ ਉਨਕੀ ਬਾਤ ਸੇ ਕਿਤਨਾ ਸਹਿਮਤ ਹੈ, ਔਰ ਉਸਕੇ ਬਾਅਦ ਅਫਸਰੋਂ ਕੋ ਜੋ ਬਾਇਕਾਟ ਕੀਆ ਗਿਆ, ਕਮਿਸ਼ਨਰ ਨੇ ਜੋ ਬਾਇਕਾਟ ਕੀਆ ਗਿਆ, ਉਸਕੋ ਆਪ ਕਿਤਨਾ ਜਾਇਜ਼ ਮਾਨਤੇ। ਨਹੀਂ ਦੇਖੀਏ, ਅਬ ਕਮਿਸ਼ਨਰ ਨੇ ਇਹ ਇਸ ਬਾਤ ਕੇ ਲਈ ਤੋ ਬਾਇਕਾਟ ਨਹੀਂ ਕੀਆ ਕਿ ਮੁੱਦੇ ਕੋ ਲੇਕਰ ਕੋਈ ਕਮਿਸ਼ਨਰ ਕੋ ਕਹੀਂ ਨਾ ਕਹੀਂ ਪਰਸਨਲ ਉਨਕੋ ਕੋਈ ਬਾਤ ਹਰਟ ਹੋਈ ਹੈ, ਉਸ ਪੇ ਕੀਆ। ਔਰ ਰਹੀ ਬਾਤ ਕਾਮ ਕੀ ਤੋ ਪੈਸੇ ਕੇ ਅਭਾਵ ਕੇ ਕਾਰਨ ਹਮਾਰੇ ਕਾਮ ਤੋ ਨਹੀਂ ਹੋ ਰਹੇ, ਤੋ ਪੈਸੇ ਕੀ ਵੀ ਹਮ ਵਿਵਸਥਾ ਕਰ ਰਹੇ ਹੈ, ਜਿਸ ਮੇਂ ਉੱਚ ਸਤਰ ਅਧਿਕਾਰੀਓ ਸੇ ਗਵਰਨਰ ਸਾਹਿਬ ਸੇ ਉੱਪਰ ਬਾਤ ਕੀ ਜਾ ਰਹੀ ਹੈ, ਔਰ ਜਲਦੀ ਪੈਸੇ ਆਏਂਗੇ ਔਰ ਸਭ ਕੇ ਕਾਮ ਵਾਰਡੋ ਮੇਂ ਹੋਗੇ। ਔਰ ਜੋ ਆਪਸ ਮੇਂ ਤਨਾਦਾਨੀ ਥੀ ਵੋ ਦੂਰ ਹੋ ਗਈ? ਬਿਲਕੁਲ ਕੋਈ ਤਨਾਦਾਨੀ ਨਹੀਂ ਹੈ, ਪਹਿਲੇ ਵੀ ਠੀਕ ਥੇ, ਅਬ ਵੀ ਠੀਕ ਥੇ, ਇੱਕ ਪਰਿਵਾਰ ਕੇ ਅੰਦਰ ਬਰਤਨ ਖਟਕਣੇ ਚਾਹੀਏ, ਫਿਰ ਸੇ ਕਹੂੰ ਉਨਕੇ ਅੰਦਰ ਚਿਬ ਨਹੀਂ ਪੜਨੀ ਚਾਹੀਏ, ਔਰ ਸਭ ਠੀਕ ਹੈ। ਦੁਬਾਰਾ ਅਬ ਮੀਟਿੰਗ ਜੋ ਹੈ ਜੋ ਏਜੰਡੇ ਹੈ, ਹਾਂ ਵੋ ਕਰੇਂਗੇ ਅਭੀ, ਜੋ ਏਜੰਡੇ ਹੈ ਵੋ ਪਾਸ ਕੀਏ ਜਾਏਂਗੇ ਜਾਂ ਉਨ ਪੇ ਬਹਿਸ ਹੋਗੀ? ਬਹਿਸ ਚਰਚਾ ਹੋਗੀ, ਚਰਚਾ ਹੋਗੀ। ਠੀਕ, ਥੈਂਕ ਯੂ। ਯੇ ਥੇ ਰਜੇਸ਼ ਕਾਲੀਆ ਜੀ, ਜਿਨਕਾ ਕਹਿਣਾ ਹੈ ਕਿ ਆਜ ਜੋ ਹਾਊਸ ਕੀ ਮੀਟਿੰਗ ਮੇਂ ਹੁਆ, ਉਸਕੇ ਬਾਅਦ ਦੋਨੋਂ ਮੇਂ ਅਫਸਰੋਂ ਮੇਂ, ਕਮਿਸ਼ਨਰ ਮੇਂ ਔਰ ਕੌਂਸਲਰੋਂ ਮੇਂ ਸਮਝੌਤਾ ਹੋ ਗਿਆ, ਜਿਸਕੇ ਬਾਅਦ ਅਬ ਜੋ ਹਾਊਸ ਕੀ ਮੀਟਿੰਗ ਹੈ ਉਹ ਪੁਨਃ ਸਟਾਰਟ ਹੋਗੀ, ਔਰ ਜੋ ਵਿਕਾਸ ਕੇ ਮੁੱਦੇ ਹੈ ਉਨ ਪਰ ਚਰਚਾ ਹੋਗੀ। ਉਹਨੇ ਇਹ ਵੀ ਕਿਹਾ ਕਿ ਵਿਕਾਸ ਕੇ ਮੁੱਦੇ ਅਫਸਰੋਂ ਕੀ ਵਜ੍ਹਾ ਸੇ ਨਹੀਂ ਬਲਕਿ ਪੈਸੇ ਕੀ ਕਮੀ ਕੇ ਕਾਰਨ ਰੁਕੇ ਹੋਏ ਹੈ, ਲੇਕਿਨ ਆਉਣ ਵਾਲੇ ਸਮੇਂ ਮੇਂ ਪੈਸੇ ਕੀ ਵਿਵਸਥਾ ਕੀ ਜਾਏਗੀ ਤਾਂ ਕਿ ਵਿਕਾਸ ਕੇ ਮੁੱਦੇ ਜੋ ਹੈ ਚੰਡੀਗੜ੍ਹ ਕੇ ਵੋ ਸੁਚਾਰੂ ਰੂਪ ਸੇ ਚੱਲ ਸਕੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਮਾਇਆ ਯਾਦਵ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ।